होशियारपुर के धोबीघाट से आदमवाल रोड पर स्थित गांव वसी गुलाम हुसैन बांध मार्ग पर दो दर्जन से अधिक युवकों द्वारा हरियाणा से होशियारपुर आए कार सवार युवकों को घायल कर लूट लिए जाने का समाचार प्राप्त हुआ है। पुलिस ने मौके पर पहुंचकर जांच शुरू कर दी थी तथा बताया कि मामला लूट का नहीं बल्कि आपसी रंजिश का लग रहा है, जिसकी जाँच शुरू कर दी गई है। कैमरामैन प्रिंस के साथ गुरजीत सोनू की रिपोर्ट। ਭਾਈ ਪਤਾ ਸਾਨੂੰ ਵੀ ਲੱਗਾ, ਆਪਾਂ ਜਦੋਂ ਪਿੰਡੋਂ ਆ ਰਹੇ ਸੀ ਆਪਾਂ ਵਾਪਸ ਇੱਧਰ ਨੂੰ ਜਾਣਾ ਸੀਗਾ ਪਿੰਡ ਵੱਲ ਨੂੰ। ਇਹ ਮੁੰਡੇ ਖੜੇ ਸੀ, ਮੁੰਡੇ ਮੂੰਹ ਮਾਂ ਬੰਨਿਓ ਸੀ ਇਹਨਾਂ ਨੇ ਕਾਫੀ ਜਣਿਆਂ ਨੇ, ਅਤੇ ਸਾਨੂੰ ਵੀ ਲੈਣਾ ਦੇ ਵਾਲ ਮਾਰੀ ਆਪਾਂ ਗੱਡੀ ਹੌਲੀ ਕੀਤੀ, ਕਿਉਂਕਿ ਜੇ ਡੋਂ ਸੀ ਆਪਾਂ ਗੱਡੀ ਹੌਲੀ ਕੀਤੀ ਅਤੇ ਇਹਨੇ ਮੂੰਹ ਬੰਨਿਓ ਸੀ ਭਾਜੀ ਉਸ ਟਾਈਮ ਇਹਨਾਂ ਨੇ, ਉਦੋਂ ਨਹੀਂ ਸਾਨੂੰ ਪਤਾ ਲੱਗਾ ਕੌਣ ਸੀ। ਇਹਨਾਂ ਨੇ ਜਦੋਂ ਬੈਸਬੋਲ ਵਗੈਰਾ ਕਰਪਾਨਾਂ ਕਰਪੂਨਾਂ ਕੱਢੀਆਂ ਫਿਰ ਸਾਨੂੰ ਥੋੜ੍ਹਾ ਹੋਇਆ ਵੀ ਇਹ ਸਾਡੇ ਨਾਲ ਕੋਈ ਵਾਰਦਾਤ ਕਰਨ ਦੇ ਚੱਕਰ ਦੇ ਵਿੱਚ ਆ। ਆਪਾਂ ਉਹ ਚੌਂਕ 'ਚ ਗੱਡੀ ਆਨੂੰ ਪਾ ਲਈ, ਇਹਨਾਂ ਸਾਡੇ ਗੱਡੀ ਪਿੱਛੇ ਲਾ ਲਈ, ਸਿਰਫ ਘਬਰਾਹਟ ਦੇ ਕਰਕੇ ਗੱਡੀ ਸਾਡੀ ਕੱਚੇ ਉੱਤਰ ਗਈ। ਇਹਨਾਂ ਨੇ ਲਿਆ ਕੇ ਮੋਟਰਸਾਈਕਲ ਮੋਰੇ ਲਾ ਤੇ, ਜਿੱਦਾਂ ਮੋਟਰਸਾਈਕਲ ਲਾਏ ਮੋਰੇ ਆਪਾਂ ਪਿੱਛੇ ਨੂੰ ਨੱਠ ਗਏ, ਪਿੱਛੇ ਨੱਠੇ ਉੱਥੇ ਜਾ ਕੇ ਸਾਡੇ ਨਾਲ ਦਾ ਮੁੰਡਾ ਹੱਥ ਆ ਗਿਆ ਜੀ। ਉਹਦੇ ਕਾਫੀ ਸੱਟਾਂ ਸੁੱਟਾਂ ਮਾਰੀਆਂ, ਮੈਨੂੰ ਵੀ ਉਹਨਾਂ ਰੋਕਿਆ, ਮੇਰੇ ਕੋਲ ਜਾਣੀ ਕਿ ਹੈ ਨਹੀਂ ਸੀ ਕੁਛ ਵੀ। ਉਹਨਾਂ ਨੇ ਗੱਡੀ ਦੇ ਵਿੱਚੋਂ 40,000 ਰੁਪਈਆ, 3 ਫੋਨ, 1 ਸੋਨੇ ਦੀ ਚਾਨੀ, ਇੱਕ ਤਾਂ ਜੀ ਆਪਣੇ ਆਪ ਨੂੰ ਦੁਆਬਾ ਜਾਂਦਾ ਪ੍ਰਧਾਨ ਜਿਹੜਾ ਵਾਲਮੀਕੀਆ ਸਨੀ ਆ ਹਰਿਆਣੇ ਤੋਂ ਆ ਜੀ, ਉਹ ਇੱਕ ਸਲੀਮ ਆ ਹਰਿਆਣੇ ਤੋਂ, ਇੱਕ ਡੈਨੀ, ਇੱਕ ਪ੍ਰੇਮ ਬਾਗਪੁਰ ਤੋਂ, ਅਤੇ ਸ਼ਹਿਜ਼ਾਦਾ, ਅਤੇ ਇੱਕ ਮੁੰਡਾ ਹੋਰ ਸੀਗਾ ਥੋੜ੍ਹਾ ਸੋਇਆ ਜੀ। ਕੋਈ ਦੁਸ਼ਮਣੀ ਆਪਣੀ ਇਹਨਾਂ ਨਾਲ ਕੋਈ ਨਹੀਂ ਇਹਨਾਂ ਨਾਲ? ਇਹ ਵਾਰਦਾਤ ਜਿਹੜੀ ਆ ਉਹ ਵਾਰਦਾਤ ਨਹੀਂ ਆਪਾਂ ਕਹਿ ਸਕਦੇ, ਇਹਨਾਂ ਦਾ ਕੋਈ ਡਿਸਪਿਊਟ ਆ, ਕੋਈ ਝਗੜਾ ਆ, ਕਿਉਂਕਿ ਜਿਹੜੇ ਲੁੱਟਿੰਗ ਵਾਲੀ ਗੱਲ 30-35 ਬੰਦੇ ਇੱਦਾਂ ਨਹੀਂ ਕੋਈ ਕਰਦੇ ਹੁੰਦੇ। ਫਿਰ ਬਾਈ ਨੇ ਉਹਨਾਂ ਨੂੰ ਜਾਣਦੇ ਵੀ ਆਏ ਬੰਦੇ, ਉਹ ਸਾਰਾ ਵੈਰੀਫਾਈ ਕਰ ਰਹੇ ਹਾਂ, ਤਸਦੀਕ ਕਰਾਂਗੇ, ਜਿਹੜੀ ਗੱਲ ਜੋ ਸਾਹਮਣੇ ਆਊਗੀ ਉਹਦੇ ਮੁਤਾਬਕ ਸਾਰੀ ਕਾਰਵਾਈ ਕਰਾਂਗੇ ਆਪਾਂ। ਇਹੀ ਕਹੀ ਜਾਂਦੇ 40,000 ਰੁਪਈਆ ਸਾਡਾ ਲੈ ਕੇ, 3 ਮੋਬਾਈਲ ਆ, 1 ਚੈਨੀ ਆ, ਬਟ ਆਪਾਂ ਅਜੇ ਵੈਰੀਫਾਈ ਕਰ ਰਹੇ ਹਾਂ। ਬਸੀ ਬੂਦਾ ਦਾ ਅਸੀਂ 9 ਇੱਦਾਂ ਦੇ ਨਾਂ ਰਖਾਏ ਨੇ ਇਹਨਾਂ ਨੇ।